ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਪ੍ਰੋਗਰਾਮ ਮਨ ਕੀ ਬਾਤ ਬੇਸਡ ਔਨ ਪੰਜਾਬੀ ਟ੍ਰਿਬਿਊਨ ਸ਼ੁਰੂ ਹੋਣ ਜਾ ਰਿਹਾ। ਆਸਟ੍ਰੇਲੀਆ ਨਾਲ ਐਤਵਾਰ ਹੋਏ ਮੈਚ ਤੋਂ ਬਾਅਦ ਭਾਰਤੀ ਹਰਮਨ ਮੌਲਾ ਰਵਿੰਦਰ ਸਡੇਜਾ ਮੈਨ ਆਫ ਦਾ ਮੈਚ ਟਰਾਫੀ ਨਾਲ ਫੋਟੋ ਖਿਚਵਾ ਰਹੇ ਨੇ। ਭਾਰਤ ਨੇ ਮੈਚ 6 ਵਿਕਟਾਂ ਨਾਲ ਜਿੱਤਿਆ, ਜਿਸ 'ਚ ਰਵਿੰਦਰ ਜਡੇਜਾ ਨੇ ਕੁੱਲ 10 ਵਿਕਟਾਂ ਲਈਆਂ। ਦੂਜੀ ਪਾਰੀ ਵਿੱਚ ਜਡੇਜਾ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਝਟਕਾਈਆਂ। ਰਵਿੰਦਰ ਜਡੇਜਾ ਨੂੰ ਵਧਾਈਆਂ ਵਧਾਈਆਂ ਵਧਾਈਆਂ। ਸੰਗਰੂਰ ਨੇੜੇ ਪਿਕਅਪ ਗੱਡੀ ਅਤੇ ਬੱਸ ਵਿਚਾਲੇ ਟੱਕਰ ਹੋ ਗਈ ਹੈ ਔਰ 4 ਬੰਦੇ ਡੈਥ ਹੋ ਗਈ ਹੈ, ਬਹੁਤ ਹੀ ਦੁਖਦਾਈ ਖਬਰ ਹੈ। BSF ਨੇ ਡਰੋਨ ਸੁੱਟਿਆ, 4 ਕਿਲੋ ਹਿਰਨ ਬਰਾਮਦ। ਇਹ ਗੱਲਾਂ ਚੱਪਾ ਨਹੀਂ ਪੈਣਾ, ਇਹ ਚੱਲਦੀਆਂ ਰਹਿਣੀਆਂ ਨੇ। ਪੁਰਾਣੀ ਪੈਨਸ਼ਨ ਨਵਾਂ ਸੰਘਰਸ਼, ਇਹ ਸਾਰੀਆਂ ਸਰਕਾਰਾਂ ਨੂੰ ਖਾਸਕਰ ਭਾਜਪਾ ਵਾਲੀ ਨੂੰ ਬਿਮਾਰੀ ਪੈ ਗਈ ਹੈ ਕਿ ਪੈਨਸ਼ਨ ਸਿਸਟਮ ਬਦਲ ਕੇ ਜਿਹੜੇ ਇੰਪਲਾਈਜ਼ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਜਿਹੜੇ ਕਾਂਗਰਸ ਸਪੋਰਟਡ ਸਟੇਟਸ ਨੇ ਜਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਟੇਟਸ ਨੇ ਉਹਨਾਂ ਨੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਤਾ। ਹੁਣ ਕਿਉਂਕਿ ਹਰਿਆਣੇ 'ਚ ਭਾਜਪਾ ਦੀ ਸਰਕਾਰ ਹੈ ਅਤੇ ਖੱਟਰ ਵੀ ਬੰਦਾ ਬਹੁਤ ਸਹੀ ਨਹੀਂ ਹੈ ਅਤੇ ਪੰਚਕੂਲਾ 'ਚ ਟੀਚਰਾਂ ਨੇ ਕੀਤਾ ਆਪਣਾ ਡੈਮੋਸਟ੍ਰੇਸ਼ਨ ਅਤੇ ਉਹਨਾਂ 'ਤੇ ਜਿਹੜੀ ਪੁਲਿਸ ਹੈ ਉਹ ਪਾਣੀ ਦੀਆਂ ਵਿਛਾੜਾਂ ਸੁੱਟ ਰਹੀ ਹੈ। ਪੁਲਿਸ ਨੂੰ ਅਤੇ ਖੱਟਰ ਨੂੰ ਸ਼ਰਮ ਆਉਣੀ ਚਾਹੀਦੀ ਹੈ, ਭਾਜਪਾ ਤਾਂ ਹੈ ਹੀ ਸ਼ਰਮਾ ਦੀ ਪਾਰਟੀ। ਕਾਂਗਰਸ ਤੋਂ ਬਿਨਾਂ ਵਿਰੋਧੀ ਇਕਜੁੱਟਤਾ ਸੰਭਵ ਨਹੀਂ। ਵੇਣੁਗੋਪਾਲ 24 ਫਰਵਰੀ ਤੋਂ ਹੋਣ ਵਾਲੇ ਪਾਰਟੀ ਸੰਮੇਲਨ 'ਚ ਵਿਚਾਰੇ ਜਾਣਗੇ ਸਿਆਸੀ ਮੁੱਦੇ। ਦੇਸ਼ ਭਰ 'ਚੋਂ 15,000 ਡੈਲੀਗੇਟ ਸ਼ਾਮਲ ਹੋਣਗੇ। ਭਾਰਤ ਸਿਆਸੀ ਬਦਲਾਅ ਦਾ ਸਮਾਂ, ਜੈਰਾਮ ਰਮੇਸ਼ ਜਿਹੜੇ ਸਪੋਕਸਮੈਨ ਨੇ ਕਾਂਗਰਸ ਦੇ। ਕਾਂਗਰਸ ਇਸ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਰਹੀ ਹੈ ਔਰ ਉਹਨੇ ਕਈ ਸਾਲ ਰਾਜ ਵੀ ਕੀਤਾ। ਠੀਕ ਹੈ, ਕੁਛ ਗਿਰਾਵਟਾਂ ਕਰਕੇ ਇਹ ਹਾਰੀ ਅਤੇ ਮੋਦੀ ਦੀ ਫਿਰਕਾ ਪ੍ਰਸਤੀ ਕਰਕੇ ਸਾਡਾ ਦੇਸ਼ ਉਜੜ ਪੈ ਗਿਆ ਅਤੇ ਅੱਜ ਦੇਸ਼ ਵਾਸੀ ਸੋਚ ਰਹੇ ਨੇ ਕਿ ਅਸੀਂ ਇੱਕ ਬੇਵਕੂਫ ਚਾਹ ਵਿੱਚ ਨਲ ਬਣਾ ਕੇ ਕੀ ਖੱਟਿਆ ਅਤੇ ਜਿਹਨੇ ਦੇਸ਼ ਸਵਾਏ ਫਿਰਕਾ ਪ੍ਰਸਤੀ ਦੇ ਹੋਰ ਕੁਝ ਨਹੀਂ ਫੈਲਾਇਆ, ਕਦੇ ਨੋਟਬੰਦੀ, ਕਦੇ GST, ਕਦੇ ਕੁਝ ਕਦੇ ਕੁਝ। ਅੱਜ ਸਾਰਾ ਦੇਸ਼ ਮੋਦੀ ਨੂੰ ਲਾਉਣ ਦੀ ਤਿਆਰੀ ਵਿੱਚ ਹੈ ਔਰ ਕਾਂਗਰਸ ਇਹਦੇ 'ਚ ਅਗਵਾਈ ਕਰ ਸਕਦੀ ਹੈ ਅਤੇ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ 2 ਨੰਬਰ 'ਤੇ ਆਉਂਦੀ ਹੈ ਜੇ ਅਤੇ ਜਿਹੜੇ ਤੇਲੰਗਾਨਾ ਦੀ ਪਾਰਟੀ ਹੈ ਜਾਂ ਮਨੀਸ਼ ਕੁਮਾਰ ਨੇ, ਇਹਨਾਂ ਸਾਰਿਆਂ ਨੂੰ ਰਲ ਕੇ ਕਾਂਗਰਸ ਸਪੋਰਟ ਕਰਨੀ ਚਾਹੀਦੀ ਹੈ। ਆਪਣੀ ਪਾਰਟੀ ਦੀ ਹੋਂਦ ਬਣਾਈ ਰੱਖਣ, ਕੋਲੀਸ਼ਨ ਬਣਾਓ, ਲੇਕਿਨ ਇੱਕੋ ਹੀ ਨਿਸ਼ਾਨਾ ਰੱਖੋ ਕਿ ਭਾਜਪਾ ਅੱਗੇ ਨਹੀਂ ਆਉਣੀ ਚਾਹੀਦੀ, ਤਾਂ ਹੀ ਇਹ ਦੇਸ਼ ਸਵਰਗ ਬਣ ਸਕਦਾ ਹੈ ਅਤੇ ਆਪੋ ਆਪਣੀ ਚੌਧਰ ਨੂੰ ਬਾਰੇ ਨਾ ਸੋਚਿਆ ਜਾਵੇ। ਅਮਰੀਕਾ ਵੱਲੋਂ ਚੀਨ ਨੂੰ ਰੂਸ ਦੀ ਮਦਦ ਕਰਨ ਖਿਲਾਫ਼ ਚੇਤਾਵਨੀ। ਮੈਂ ਪਹਿਲਾਂ ਕਈ ਵਾਰੀ ਬੋਲਿਆ, ਜਿਹੜਾ ਅਮਰੀਕਾ ਹੈ ਇਹ ਸਾਰੇ ਵਰਲਡ 'ਤੇ ਆਪਣੀ ਧੌਂਸ ਚਾਹੁੰਦਾ, ਇਹਦੇ ਕੋਲ ਚੀਨ ਦੀ ਚੜ੍ਹਤ ਬਰਦਾਸ਼ਤ ਨਹੀਂ ਹੁੰਦੀ, ਇਸ ਕਰਕੇ ਮੈਂ ਅਮਰੀਕਾ ਦੀਆਂ ਇਹਨਾਂ ਗੱਲਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ। ਗਊ ਰੱਖਿਆ ਕਾਂਡ, ਰਾਜਸਥਾਨ ਪੁਲਿਸ ਨੇ ਹਰਿਆਣਾ 'ਚ CCTV ਖੰਗਾਲ ਲਿਆ, ਬਾਕੀ ਲੈਣਾ ਦੇਣਾ। ਸ਼ਿਵ ਸੈਨਾ ਦਾ ਨਾਂ ਅਤੇ ਨਿਸ਼ਾਨ ਖਰੀਦਣ ਲਈ 2,000 ਕਰੋੜ ਦਾ ਸੌਦਾ ਹੋਇਆ, ਰਾਊਤ ਨੇ ਠੀਕ ਗੱਲ ਕੀਤੀ ਹੈ। ਭਾਜਪਾ ਸਵਾਏ ਸੌਦੇ ਕਰਦੀ ਕੱਖ ਨਹੀਂ, ਇਸ ਪਾਰਟੀ ਨੂੰ ਕਾਨੂੰਨ ਦੇ ਵਿਰੁੱਧ ਕਰਾਰ ਦੇਣਾ ਚਾਹੀਦਾ। ਜੰਗਲ 'ਚ ਮਿਲੀਆਂ ਸਰਕਾਰੀ ਰਾਸ਼ਨ ਵਾਲੀਆਂ ਬੋਰੀਆਂ, ਮਾੜੀ ਗੱਲ ਖਬਰ ਹੈ। ਹਰਿਆਣਾ ਕਮੇਟੀ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਸੰਭਾਲ ਲਈ, ਕਿੰਨੀ ਮਾੜੀ ਗੱਲ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਸਾਰੇ ਇੰਡੀਆ ਦੇ ਗੁਰਦੁਆਰੇ ਸੰਭਾਲ ਕਰਦੀ ਹੈ ਅਤੇ ਸੈਂਟਰ ਗੌਰਮੈਂਟ ਦੀ, ਮੋਦੀ ਦੀ, ਖੱਟਰ ਦੀ ਮਿਲੀਭੁਗਤ ਕਰਕੇ ਉਹਨਾਂ ਨੇ ਹਰਿਆਣੇ 'ਚ ਵੱਖਰੀ ਕਮੇਟੀ ਬਣਵਾ ਦਿੱਤੀ। ਸਾਡੇ ਸਿੱਖ ਕੁਛ ਕਿੰਨੇ ਮੂਰਖ ਨੇ, ਜਿਸ 'ਚ ਸੰਤਪੁਰਾ ਜਿਹੜਾ ਅੱਜ ਡੇਰਾ ਬਣਿਆ ਅਤੇ ਯਮੁਨਾਨਗਰ, ਉਹਦੇ ਮੁਖੀ ਕਰਮਜੀਤ ਸਿੰਘ ਆਪਣਿਆਂ ਨੂੰ ਸੰਤ ਕੁਆਉਣ ਵਾਲੇ, ਉਹਨਾਂ ਨੂੰ ਅਸੰਤ ਅਤੇ ਮੂਰਖ ਕਹਿਣਾ ਚਾਹੀਦਾ, ਜਿਹਨਾਂ ਨੇ ਇਸ ਮਿਲੀਭੁਗਤ ਵਿੱਚ ਸਰਕਾਰ ਦਾ ਦੱਤ ਔਰ ਇਸ ਬਸ਼ਰਮ ਅਸੰਤ ਕਰਮਜੀਤ ਸਿੰਘ ਨੇ ਜਿਹੜੇ ਸ਼੍ਰੋਮਣੀ ਕਮੇਟੀ ਤਾਰੇ ਲੱਗੇ ਸੀ ਗੋਲ, ਉਹ ਕੱਟ ਕੇ ਆਪਣੇ ਲਾ ਦਿੱਤੇ ਨੇ। ਮਸਲਾ ਸਿਰਫ ਗੋਲਕ ਦਾ, ਇਹ ਬੰਦਾ ਕੌਡੀ ਦਾ ਨਹੀਂ ਹੈਗਾ, ਸੰਦੇਸ਼ ਦੇ ਨਾਂ ਨੂੰ ਡੱਬਾ ਲਾ ਰਿਹਾ। ਮੇਰੇ ਖਿਆਲ ਵਿੱਚ ਸਾਰੇ ਹਰਿਆਣਾ ਨਿਵਾਸੀਆਂ ਨੂੰ ਔਰ ਗੁਰਸਿੱਖਾਂ ਨੂੰ ਇਸ ਮੂਰਖ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਹ ਕਮੇਟੀ ਤੋੜ ਦੇਣੀ ਚਾਹੀਦੀ ਹੈ। ਜੇ ਨਾ ਤੋੜਨ ਤਾਂ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ। ਆਬਕਾਰੀ ਕੇਸ CBI ਅੱਗੇ ਪੇਸ਼ ਨਹੀਂ ਹੋਏ, ਸਸੋਦੀਆ ਸੋਦੀਆ ਚਾਣਪ ਕੀਤੀ ਹੈ। ਜਿਹੜੀ CBI ਹੈ ਉਹ ਜਾਣ ਕੇ ਆਮ ਆਦਮੀ ਪਾਰਟੀ ਤੰਗ ਕਰ ਰਹੀ ਹੈ CBI ਨੂੰ, ਜਿਹੜਾ ਘੁਟਾਪਾ ਹੋਣਾ ਚਾਹੀਦਾ CBI ਦਾ। ਵਿਜੀਲੈਂਸ ਦੀ ਅੱਖ ਹੋਣ ਵਿਧਾਇਕ ਦੇ ਦੋਸਤਾਂ ਤਿਕੜੀ ਅਤੇ ਇਹ ਸਭ ਸਿਆਸੀ ਬਦਲਾ ਖੋਰੀ ਹੈ, ਆਪਾਂ ਇਹਦੇ ਬਾਰੇ ਕੁਛ ਨਹੀਂ ਕਹਿਣਾ। ਮਾਲ ਗੱਡੀ ਦੇ ਡੱਬੇ ਲੀਹ ਤੋਂ ਲੱਥ ਗਏ ਨੇ, ਹਿੰਦੁਸਤਾਨ
ਕਿਹੜੀ ਚੰਗੀ ਗੱਲ ਹੈ ਜਿਹੜੀ ਆਪਾਂ ਉਹਦੀ ਸਰਾਹਣਾ ਕਰੀਏ। ਸ਼ਿਮਲਾ ਨੇ 17 ਸਾਲ ਬਾਅਦ ਦੇਖਿਆ ਫਰਵਰੀ ਦਾ ਸਭ ਤੋਂ ਗਰਮ ਦਿਨ, ਜੋ ਤੋਂ ਭਾਵ ਹੈ ਸਾਈ ਬਲੀਕਾਰ। ਵਿਦੇਸ਼ੀ ਹਮਲਾਵਰਾਂ ਵੱਲੋਂ ਤਬਾਹ ਕੀਤੇ ਮੰਦਰ ਸ਼ਿਵਾਜੀ ਮਹਾਰਾਜ ਨੇ ਮੁੜ ਬਣਵਾਏ ਸਨ। ਇਹ ਸ਼ਾਹ ਕਹਿ ਰਿਹਾ ਫਿਰ ਇੱਕ ਨੰਬਰ ਦਾ ਫਿਰਕਾ ਪ੍ਰਸਤ, ਉੱਤੋਂ ਕਹਿੰਦਾ ਪ੍ਰਧਾਨ ਮੰਤਰੀ ਮੋਦੀ ਰਾਹੀਂ ਮੰਦਰਾਂ ਦੇ ਪੁਨਰ ਨਿਰਮਾਣ ਦਾ ਕੰਮ ਅੱਗੇ ਤੁਰਨ ਦਾ ਦਾਅਵਾ। ਬਸ ਮੰਦਰ ਹੀ ਬਣਵਾਈਓ, ਜਿਹੜੀ ਗਰੀਬੀ ਹੈ, ਬੇਰੁਜ਼ਗਾਰੀ ਹੈ, ਜਾਂ ਨਸ਼ਾ ਹੈ, ਜਾਂ ਅਯਾਸ਼ੀ ਹੈ, ਜਾਂ ਜਿਹੜੀ ਤੁਹਾਡੀ ਪਾਰਟੀਆਂ ਚੇਂਜ ਕਰਦੇ ਹੋ, ਲੋਕਾਂ ਨੂੰ ਕਰੋੜਾਂ ਰੁਪਏ ਖਵਾਉਂਦੇ ਹੋ, ਇਸ ਪਰ ਤੁਹਾਡਾ ਕੋਈ ਧਿਆਨ ਨਹੀਂ। ਤੁਹਾਡਾ ਤੁਸੀਂ ਭਾਜਪਾ ਕਾਨੂੰਨ ਦੇ ਵਿਰੁੱਧ ਪਾਰਟੀ ਕਰਾਰ ਦੇਣੀ ਚਾਹੀਦੀ ਹੈ, ਔਰ ਸ਼ਾਹ ਸਮੇਤ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਅਤੇ ਉਹਨਾਂ ਦਾ ਕੁਟਾਪਾ ਹੋਣਾ ਚਾਹੀਦਾ, ਕਿਉਂਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ।